ਕਰਨਾ ਚਾਹੁੰਦਾ ਇਹਨਾਂ ਸਾਰੇ ਪੰਜਾਬ ਦੇ ਐਮਪੀਆਂ ਨੂੰ, ਰਾਜ ਸਭਾ ਦੇ ਮੈਂਬਰਾਂ ਨੂੰ, ਅੱਜ ਤੱਕ ਕਿਸੇ ਨੇ ਕੋਈ ਗੱਲ ਨਹੀਂ ਕਹੀ ਵੀ ਗੁਰਧਾਮਾਂ ਵਿੱਚ ਸੰਗਤ ਫਸੀ ਜਿਹੜੀ ਉਹਨਾਂ ਨੂੰ ਘਰ ਲਿਆਓ। ਮੈਂ ਇਹਨਾਂ ਨੂੰ ਚੇਤਾਵਨੀ ਦੇਣੀ ਚਾਹੁੰਦਾ, ਇੱਕ ਦੋ ਦਿਨ 'ਚ ਸਾਡਾ ਹੱਲ ਨਾ ਲੱਭਾ ਅਸੀਂ ਸਾਰੀ ਸੰਗਤ ਭੁੱਖ ਹੜਤਾਲ 'ਤੇ ਬੈਠਾਂਗੇ। ਵਾਹਿਗੁਰੂ ਜੀ ਕਾ ਖਾਲਸਾ। ਹਜ਼ੂਰ ਸਾਹਿਬ ਸੰਗਤ ਫਸੀ ਹੋਈ। ਮੇਰੀਆਂ ਹੀ ਸੰਗਤ ਨੂੰ ਪਹਿਲਾਂ ਤਰੀਕ ਕਿਉਂ ਨਹੀਂ ਦਿੱਤੀ ਗਈ ਵੀ ਇੰਨੀ ਤਰੀਕ ਤੱਕ ਅਸੀਂ ਟ੍ਰੇਨਾਂ ਬੰਦ ਕਰ ਦੇਣੀਆਂ ਵੀ ਕੋਈ ਯਾਤਰੀ ਨਾ ਜਾਵੇ। ਯਾਤਰੀ ਸਾਰੇ ਆ ਗਏ ਅਤੇ ਹੁਣ ਟ੍ਰੇਨਾਂ ਬੰਦ ਕਰ ਦਿੱਤੀਆਂ ਨੇ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਬਾਦਲ ਸਾਹਿਬ ਪਿਓ ਹੁੰਦਾ ਅਤੇ ਮੋਦੀ ਸਾਹਿਬ ਪੁੱਤਰ ਹੁੰਦਾ ਹੈ। ਅਤੇ ਅੱਜ ਹੁਣ ਜਨਤਾ ਨਹੀਂ ਦਿਸਦੀ ਵੀ ਸੱਚ ਖੰਡ ਵਿੱਚ ਕਿੱਥੇ ਬੈਠੀ ਹੋਈ, ਤੁਰ ਕੇ ਅਸੀਂ ਕਿਵੇਂ ਪਹੁੰਚਾਂਗੇ ਇੱਡੀ ਦੂਰ ਤੱਕ। ਵੀ ਸਾਰੀ ਸੁਣਵਾਈ ਕੀਤੀ ਜਾਵੇ, ਸਰਕਾਰ ਸਾਨੂੰ ਆਪਾਂ ਉਹਦੇ ਟਿਕਾਣਿਆਂ 'ਤੇ ਪਹੁੰਚਾਈ ਜਾਵੇ। ਸਾਡਾ ਮਾਂ ਪਿਓ ਬੱਚੇ ਸਾਡੇ ਘਰ ਇਕੱਲੇ ਬੈਠੇ ਹੋਏ ਆ ਅਤੇ ਸਾਨੂੰ ਸਾਡਾ ਕੌਣ ਵਾਸ ਹੈ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ, ਸਾਡੇ ਨਾ ਕੋਈ ਮੀਡੀਆ ਆਉਂਦਾ ਨਾ ਕੋਈ ਪੱਤਰਕਾਰ ਆਉਂਦਾ, ਇੱਥੇ ਕੋਈ ਨਹੀਂ ਆਉਂਦਾ ਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾ ਕੋਈ ਬਾਦਲ ਆ ਰਿਹਾ ਅਤੇ ਨਾ ਕੋਈ ਕੈਪਟਨ ਆ ਰਿਹਾ, ਅਤੇ ਮੋਦੀ ਨੇ ਪਹਿਲਾਂ ਨੋਟਬੰਦੀ ਕਰੀ ਆ ਅਤੇ ਤਾਂ ਵੀ ਲੋਕਾਂ ਨੂੰ ਪਾਗਲ ਬਣਾਇਆ। ਹੁਣ ਇਹਨੇ ਟ੍ਰੇਨਾਂ ਬੰਦ ਕੀਤੀਆਂ ਤਾਂ ਸਾਨੂੰ ਪਾਗਲ ਬਣਾ ਦਿੱਤਾ। ਉਰੇ ਅਸੀਂ ਬਹੁਤ ਸੰਗਤ ਫਸੀ ਹੋਈ, ਸਾਨੂੰ ਕੱਢਿਆ ਜਾਵੇ, ਸਾਡੀ ਹੈਲਪ ਕਰੀ ਜਾਵੇਗੀ ਇੱਥੇ। ਵਾਹਿਗੁਰੂ ਜੀ ਦਾ ਖਾਲਸਾ। ਬੋਲੋ ਭਾਅ ਜੀ, ਤੁਸੀਂ ਜਲਦੀ ਤੋਂ ਜਲਦੀ ਟ੍ਰੇਨ ਚਲਾ ਕੇ ਇਹਨਾਂ ਨੂੰ ਪੰਜਾਬ ਵੱਲ ਤੋਰਿਆ ਜਾਵੇ, ਕਿਉਂਕਿ ਇਹਨਾਂ ਦੀਆਂ ਆਉਣ ਜਾਣ ਦੀਆਂ ਟਿਕਟਾਂ ਕੱਟੀਆਂ ਹੋਈਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।